ਸਤਿ ਸ਼੍ਰੀ ਅਕਾਲ, ਨਮਸਕਾਰ, ਕਿੱਦਾਂ ਹੋ ਜੀ ਸਾਰੇ ਦੀ ਦੇਸੀ ਟੈਨ ਤੋਂ ਤੁਹਾਡੀ ਹੋਸਟ ਦੋਸਤ ਕਰਨ ਮਹਾਂ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਅਤੇ ਅੱਜ ਪਹੁੰਚ ਚੁੱਕੇ ਹਾਂ ਬੈਸਟ ਟੈਕ ਮਾਲ ਦੇ ਵਿੱਚ ਜਿੱਥੇ ਚੱਲ ਰਹੀ ਹੈ ਜੀ ਸਕਰੀਨਿੰਗ ਫਿਲਮ ਨੌਕਰ ਵੋਟੀ ਦਾ ਅਤੇ ਵਿਲ ਕਾਫੀ ਨਾ ਚਿਰਾਂ ਤੋਂ ਇਸ ਟਾਈਟਲ ਦਾ ਨਾ ਬੜਾ ਸਾਰਿਆਂ ਨੂੰ ਉਡੀਕ ਸੀਗਾ ਇਸ ਫਿਲਮ ਦਾ ਕਿ ਨੌਕਰ ਵੋਟੀ ਦਾ ਫਿਲਮ ਤੁਹਾਡੇ ਲਈ ਕੀ ਲੈ ਕੇ ਆਊਗੀ। ਫਿਲਮ ਤਾਂ ਰਿਲੀਜ਼ ਹੋ ਚੁੱਕੀ ਹੈ, ਤੁਸੀਂ ਸਾਰੇ ਬਹੁਤ ਰਜਵਾਂ ਪਿਆਰ ਦੇ ਰਹੇ ਹੋ। ਥੋੜ੍ਹੀ ਦੇਰ ਤੱਕ ਨਾ ਇੱਥੇ ਪਹੁੰਚਣ ਵਾਲਾ ਹੈ ਬਿਨੂ ਢਿੱਲੋਂ ਅਤੇ ਉਹਨਾਂ ਨਾਲ ਕੌਣ ਕੌਣ ਆਊਗਾ ਇਹ ਤੁਹਾਨੂੰ ਦੇਖਣਾ ਪਤਾ ਚੱਲੂਗਾ ਅੰਦਰ ਚੱਲ ਕੇ। ਬਿਨੂ ਢਿੱਲੋਂ ਦੇ ਕੋਈ ਰਾਜ ਰੰਧਾਵਾ ਦੀ ਫਿਲਮ ਨੌਕਰ ਵੋਟੀ ਦਾ ਨੂੰ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ, ਕਿਉਂਕਿ ਯੂਜਲੀ ਫਿਲਮ 'ਚ ਕੀ ਹੁੰਦਾ ਕਿ ਫਿਲਮ ਦੇ ਵਿੱਚ ਦਿਖਾਉਂਦੇ ਹੈ ਮੁੰਡਾ ਕੁੜੀ ਮਿਲੇ ਪਿਆਰ ਹੋਇਆ ਅਤੇ ਉਹਨਾਂ ਦੀ ਵਿਆਹ ਤੱਕ ਦੀ ਗੱਲਬਾਤ ਪਹੁੰਚਦੀ ਹੈ। ਵਿਆਹ ਵੀ ਫਿਲਮਾਂ ਦੇ ਵਿੱਚ ਨਹੀਂ ਦਿਖਾਉਂਦੇ, ਬਟ ਵਿਆਹ ਤੋਂ ਬਾਅਦ ਕਰਨ ਦੇ ਵਿੱਚ ਕਿਹੜੇ ਸਿਆਪੇ ਕਲੇਸ਼ ਅਤੇ ਨੋਕਝੋਕ ਹੁੰਦੀ ਹੈ ਉਹ ਕਿਸੇ ਫਿਲਮ 'ਚ ਨਹੀਂ ਨਜ਼ਰ ਆਉਂਦਾ। ਅਤੇ ਨੌਕਰ ਵੋਟੀ ਦਾ ਤੁਹਾਨੂੰ ਨਾ ਖਾਸ ਗੱਲ ਫਿਲਮ ਦੇ ਵਿੱਚ ਇਹੀ ਹੈਗੀ ਹੈ ਕਿ ਵਿਆਹ ਤੋਂ ਬਾਅਦ ਦੀ ਜਿਹੜੀ ਕਹਾਣੀ ਹੈ ਨਾ ਕਿ ਕਰਨ ਦੇ ਵਿੱਚ ਕੀ ਹੁੰਦਾ ਉਹ ਦਿਖਾਉਂਦੀ ਹੈ। ਅਤੇ ਆਪਾਂ ਚੱਲਦੇ ਹਾਂ ਅੰਦਰ ਸਕਰੀਨਿੰਗ ਦੇ ਵਿੱਚ ਅਤੇ ਦੇਖਦੇ ਹਾਂ ਕੌਣ ਕੌਣ ਆਇਆ ਅਤੇ ਕਿਹੜੇ ਕਿਹੜੇ ਆਰਟਿਸਟ ਨੂੰ ਨਾ ਬਿਨੂ ਢਿੱਲੋਂ ਨੂੰ ਸਪੋਰਟ ਕਰਨ ਲਈ ਇੰਡਸਟਰੀ 'ਚ ਕੌਣ ਕੌਣ ਆ ਰਿਹਾ। ਅਤੇ ਚੱਲੀਏ ਅੰਦਰ, ਚਲੋ ਜੀ। ਤੇ ਸਕਰੀਨਿੰਗ ਤੇ ਪਹੁੰਚ ਚੁੱਕੇ ਨੇ ਜੀ ਦੇਵ ਖਰੋੜ ਜੀ। ਸਰ ਕਿਵੇਂ? ਬਹੁਤ ਵਧੀਆ ਜੀ, ਤੁਸੀਂ ਦੱਸੋ? ਬਹੁਤ ਵਧੀਆ। ਵੈਲ, ਨੌਕਰ ਵੋਟੀ ਦਾ ਰਿਲੀਜ਼ ਹੋ ਚੁੱਕੀ ਹੈ ਤੇ ਇਸ ਸਲੋਗਨ ਨੂੰ ਤੁਸੀਂ ਕਿੱਦਾਂ ਮੰਨਦੇ ਹੋ ਆਪਣੇ ਘਰਾਂ 'ਚ ਦੇਖ ਕੇ? ਇਹ ਠੀਕ ਹੈ ਜੀ, ਹਰ ਬੰਦੇ ਨੂੰ ਡਿਊਟੀ ਕਰਨੀ ਪੈਂਦੀ ਹੈ। ਬਾਕੀ ਹੁਣ ਦੇਖਦੇ ਹਾਂ ਕਿ ਬਿਨੂ ਬਾਈ ਜੀ ਨੇ ਫਿਲਮ ਦੇ ਵਿੱਚ ਡਿਊਟੀ ਕਿਵੇਂ ਨਿਭਾਈ ਹੈ ਅਤੇ ਬਾਕੀ ਫਿਲਮ ਦੇ ਰਿਵਿਊ ਚੰਗੇ ਆ ਰਹੇ ਨੇ ਕਿ ਫਿਲਮ ਵਧੀਆ ਇੰਟਰਟੇਨਮੈਂਟ ਕਰ ਰਹੀ ਹੈ ਅਤੇ ਵਧੀਆ ਜਾ ਰਹੀ ਹੈ। ਸੋ ਬਾਕੀ ਹੁਣ ਬਾਕੀ ਦੇਖ ਕੇ ਦੱਸਾਂਗੇ ਤੁਹਾਨੂੰ। ਬਿਨੂ ਢਿੱਲੋਂ ਆਉਂਦੇ ਨਾ ਕਿ ਇਹ ਗੱਲ ਸ਼ੋਰ ਹੁੰਦੀ ਹੈ ਕਿ ਕਾਮੇਡੀ ਦਾ ਧਮਾਲ ਹੋਵੇਗਾ ਅਤੇ ਬਿਨੂ ਢਿੱਲੋਂ, ਗੁਰਪ੍ਰੀਤ ਘੁੱਗੀ ਜੀ ਅਤੇ ਜਸਵਿੰਦਰ ਪਿੱਲਾ ਜੀ ਤਿੰਨੋਂ ਜਣੇ ਇਕੱਠੇ ਨੇ ਕਾਮੇਡੀ ਕੇ, ਅਤੇ ਤੁਹਾਨੂੰ ਫਿਲਮ ਤੋਂ ਜ਼ਿਆਦਾ ਜਿਹੜੀ ਹੈਗੀ ਉਹ ਕਿਹਦੇ ਵੱਲ ਹੈਗਾ ਕਿ ਬਿਨੂ ਢਿੱਲੋਂ ਸਪੈਸ਼ਲ ਨੇ ਕਿ ਦੋਨਾਂ ਨੂੰ ਦੇਖਣ ਲਈ ਜ਼ਿਆਦਾ? ਜੁਗਲਬੰਦੀ ਤਿੰਨੋਂ ਕਲਾਕਾਰਾਂ ਦੀ ਦੇਖਣੀ ਬਹੁਤ ਬਾ ਕਮਾਲ ਹੁੰਦੀ ਹੈ, ਹੈ ਨਾ। ਕੈਰੀਓਨ ਜੱਟਾ ਤੋਂ ਸ਼ੁਰੂ ਹੋਏ ਸੀਗੇ, ਸੋ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਚਾਹੇ ਉਹ ਪਿਛਲੀਆਂ ਜਿੰਨੀਆਂ ਵੀ ਫਿਲਮਾਂ ਨੇ, ਸੋ ਇਹਨਾਂ ਦੀ ਜਿਹੜੀ ਕੈਮਿਸਟਰੀ ਆਪਸ ਦੇ ਵਿੱਚ ਉਹ ਬਾ ਕਮਾਲ ਹੈ ਅਤੇ ਇੱਕ ਤੋਂ ਵੱਧ ਕੇ ਦੂਜਾ ਪੰਚ ਮਾਰਦਾ। ਸੋ ਹਰ ਇੰਜੋਏ ਕਰਦੀ ਆਡੀਅੰਸ ਅਤੇ ਮੈਂ ਵੀ ਬਹੁਤ ਇੰਜੋਏ ਕਰਦਾ। ਸੋ ਦੇਖਦੇ ਹਾਂ ਇਸ ਫਿਲਮ ਦੇ ਵਿੱਚ ਕੀ ਕੀਤਾ ਇਹਨਾਂ ਨੇ। ਬਿਨੂ ਢਿੱਲੋਂ ਨਾਲ ਤੁਸੀਂ ਫਿਲਮ ਲੈ ਕੇ ਆ ਰਹੇ ਹੋ ਬੰਬ ਜਿਗਰੇ, ਵੈਲ ਐਜ਼ ਅ ਪ੍ਰੋਡਿਊਸਰ ਆ ਰਹੇ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਦੇਵ ਖਰੋੜ ਅਤੇ ਬਿਨੂ ਢਿੱਲੋਂ ਦੀ ਜੁਗਲਬੰਦੀ ਵੀ ਜਲਦੀ ਦੇਖਾਂਗੇ। ਹਾਂਜੀ, ਵੈਰੀ ਸੂਨ ਦੇਖ ਸਕਦੇ ਹੋ ਤੁਸੀਂ। ਚੱਲ ਰਿਹਾ ਸਾਡਾ ਕਿਸੇ ਪ੍ਰੋਜੈਕਟ ਦੇ ਉੱਤੇ ਕੰਮ ਚੱਲ ਰਿਹਾ ਕਿ ਕੋਈ ਚੰਗੀ ਸਟੋਰੀ ਮਿਲੇ ਤਾਂ ਜ਼ਰੂਰ ਕਰਾਂਗੇ। ਬਟ ਬਿਨੂ ਬਾਈ ਜੀ ਕਾਮੇਡੀ ਕਰਦੇ ਨੇ ਖੁਦ, ਬਟ ਐਕਸ਼ਨ ਫਿਲਮ ਪ੍ਰੋਡਿਊਸ ਕਰ ਰਹੇ ਨੇ, ਇਹ ਵੀ ਇੱਕ ਨਵੀਂ ਗੱਲ ਹੈ। ਫਿਲਮ ਦੇ ਦੌਰਾਨ ਬਾਅਦ ਮਿਲਾਂਗੇ ਤੁਹਾਨੂੰ, ਫਿਰ ਜਾਣਾਂਗੇ। ਤੁਸੀਂ ਫਿਲਮ ਨੂੰ ਕਿੰਨੇ ਸਟਾਰ ਦਿੰਦੇ? ਮੈਂ ਫਿਲਮ ਦੇਖ ਕੇ ਦਊਂਗਾ ਜੀ, ਬਿਲਕੁਲ। ਤੇ ਇੰਟਰਵਲ ਹੋ ਚੁੱਕਿਆ ਹੈ ਤੇ ਕੁਲਰਾਜ ਮੈਮ ਤੇ ਬਿਨੂ ਢਿੱਲੋਂ ਜੀ ਤੇ ਦੇਵ ਖਰੋੜ ਜੀ ਫਿਲਮ ਨੂੰ ਪੂਰਾ ਇੰਜੋਏ ਕਰ ਰਹੇ। ਹਾਂਜੀ, ਬਹੁਤ ਵਧੀਆ ਲੱਗ ਰਹੀ ਹੈ, ਪਲੱਸ ਜਿਹੜਾ ਆਡੀਅੰਸ ਦੇ ਨਾਲ ਵੇਖਣ ਦਾ ਮਜ਼ਾ ਕੁਛ ਅਲੱਗ ਹੀ ਹੁੰਦਾ ਹੈ, ਵੱਖਰਾ ਹੀ ਹੁੰਦਾ ਹੈ। ਸੋ ਬਹੁਤ ਵਧੀਆ ਲੱਗ ਰਿਹਾ ਜੀ, ਸੱਪ ਕੱਢਦੇ? ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗਿਆ ਇੰਟਰਵਲ ਹੋਇਆ। ਸਾਰੇ ਜਿੰਨੇ ਵੀ ਹਾਲ ਦੇ ਵਿੱਚ ਅੱਜ ਆਏ ਹੋਏ ਨੇ ਜੀ, ਸੱਜਣ ਮਿੱਤਰ ਅਤੇ ਹੋਰ ਆਡੀਅੰਸ, ਤਾਂ ਬੜਾ ਨਿਆਰਾ ਹੈ ਦੇਖ ਕੇ ਜੀ, ਕਿਉਂਕਿ ਇਕੱਲੀ ਇਕੱਲੀ ਗੱਲ 'ਤੇ ਰਿਸਪੋਂਡ ਕਰਦੇ ਨੇ। ਜਿੱਥੇ ਸੀਰੀਅਸ ਸੀਗਾ ਉੱਥੇ ਵੀ ਸਾਰੇ ਸੀਰੀਅਸ ਹੋਏ ਜੀ, ਅਤੇ ਜਿੱਥੇ ਹਸਾਉਣ ਵਾਲਾ ਸੀ ਉੱਥੇ ਤਾਂ ਠਾਠਾ ਮਾਰ ਕੇ ਹੱਸਿਆ ਸਾਰਿਆਂ ਨੇ। ਸੋ ਸਾਰੇ ਪਾਸੇ ਤੁਸੀਂ ਬਹੁਤ ਵਧੀਆ ਇੰਜੋਏ ਕਰ ਰਹੇ ਹੋ, ਸਾਰੇ ਪਾਸੇ ਰਿਪੋਰਟਸ ਬੜੀਆਂ ਵਧੀਆ ਆ ਰਹੀਆਂ ਨੇ, ਔਰ ਤੁਸੀਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੇ ਗਾਹ ਪਾਇਆ ਹੋਇਆ, ਵੀ ਬਹੁਤ ਵਧੀਆ ਲੱਗੀ ਤੁਹਾਨੂੰ ਮੂਵੀ। ਜਿਉਂਦੇ ਰਹੋ, ਥੈਂਕ ਯੂ ਸੋ ਮੱਚ, ਤੁਹਾਡਾ ਮੈਂ ਬਹੁਤ ਰਿਣੀ ਹਾਂ, ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਥੈਂਕ ਯੂ ਸੋ ਮੱਚ। ਅਤੇ ਦੇਵ ਖਰੋੜ ਜੀ, ਤੁਹਾਡਾ ਕੀ ਕਹਿਣਾ ਫਿਲਮ? ਬਹੁਤ ਕਮਾਲ ਹੈ ਜੀ, ਅੱਖਾਂ 'ਚੋਂ ਪਾਣੀ ਨਿਕਲਿਆ ਹੱਸਦੇ ਹੱਸਦੇ, ਬਹੁਤ ਵਧੀਆ, ਔਰ ਫਿਲਮ ਕਿਤੇ ਨਾ ਕਿਤੇ ਤੁਹਾਨੂੰ ਇਮੋਸ਼ਨਲ ਵੀ ਕਰਦੀ ਹੈ ਵਿੱਚ ਨੂੰ, ਹੈ ਨਾ। ਸੋ ਹਰ ਤਰ੍ਹਾਂ ਦਾ ਜੋ ਇੱਕ ਚਾਹੀਦਾ ਹੁੰਦਾ ਮੂਵੀ ਦੇ ਵਿੱਚ, ਫੁੱਲ ਪੈਕੇਜ ਇਸ ਮੂਵੀ ਦੇ ਵਿੱਚ ਹੈਗਾ, ਔਰ ਹੋਪ ਸੋ ਮੈਨੂੰ ਲੱਗਦਾ ਕਿ ਇਹ ਫਿਲਮ ਨਿਕਲ ਗਈ ਬਹੁਤ ਵਧੀਆ ਜਾਊਗੀ। ਦੇਖ ਲਓ, ਕਹਿਤਾ ਐਕਸ਼ਨ ਕਿੰਗ ਨੇ ਕਹਿਤਾ ਨਿਕਲ ਗਈ। ਥੈਂਕ ਯੂ ਸੋ ਮਚ, ਇਹਦਾ ਭਰਾ ਜੀ ਆਪਣਾ ਛੋਟਾ, ਚਲੋ ਹੁਣ ਗਾਣਾ ਵੀ ਆਉਣ ਵਾਲਾ, ਬਾਈ ਨੇ ਬੜਾ ਸਾਥ ਦਿੱਤਾ ਸਾਡੀ ਮੂਵੀ ਦੇ ਵਿੱਚ, ਗੈਸਟ ਅਪੀਅਰੈਂਸ ਕੀਤੀ ਹੈ ਜੀ ਮੇਰੇ ਕਹਿਣ 'ਤੇ, ਜਪਜੀ ਖਹਿਰਾ ਅਤੇ ਇਹਨਾਂ ਦਾ ਗਾਣਾ ਹੈ ਜੀ। ਇਹ ਤੋਂ ਬਾਅਦ ਆਉਣ ਵਾਲਾ ਇੰਟਰਵਲ ਤੋਂ ਬਾਅਦ ਆਪਾਂ ਇੰਜੋਏ ਕਰਦੇ ਹਾਂ ਅਤੇ ਆਪਾਂ ਫਿਲਮ ਤੋਂ ਬਾਅਦ ਮਿਲਦੇ ਹਾਂ ਫਿਰ ਕਰਦੇ ਗੱਲਬਾਤ। ਡੈਫੀਨੇਟਲੀ। ਹੁਣ ਸਾਡੇ ਨਾਲ ਜੁੜ ਜੁੜ ਕੇ ਨਹੀਂ ਜੀ ਗੁਰਪ੍ਰੀਤ ਘੁੱਗੀ ਜੀ, ਸਰ ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈ ਫਿਲਮ ਲਈ। ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨੀ। ਗੋਲਡੀ ਕੁੱਕ ਬਣ ਗਿਆ ਅਤੇ ਰੀਅਲ ਲਾਈਫ ਵਿੱਚ ਤੁਹਾਨੂੰ ਕਿੰਨਾ ਕੁ ਆਪਣੇ ਕਿਰਦਾਰ ਨੂੰ ਤੁਸੀਂ ਇਸ ਕਿਰਦਾਰ ਨਾਲ ਜੋੜਦੇ? ਰੀਅਲ ਲਾਈਫ 'ਚ ਮੇਰਾ ਇੱਕੋ ਚੀਜ਼ ਸਿਮਿਲਰਿਟੀ ਇਹਦੇ ਵਿੱਚ ਹੈਗੀ ਹੈ ਕਿ ਮੈਂ ਦੋਸਤਾਂ ਦੀ ਜਿੱਥੇ ਹੈਲਪ ਕਰ ਸਕਦਾ ਉਹ ਮੈਂ ਜ਼ਰੂਰ ਕਰਦਾ ਹੁੰਦਾ, ਤਾਂ ਗੋਲਡੀ ਇਹਦੇ ਵਿੱਚ ਵੀ ਬੜਾ ਹੈਲਪਫੁਲ ਕਰੈਕਟਰ ਹੈ, ਆਪਣੇ ਦੋਸਤ ਦੀ ਹੈਲਪ ਕਰ ਰਿਹਾ, ਕਰਨਾ ਚਾਹੁੰਦਾ, ਅੱਗੋਂ ਵੀ ਕਰੇਗਾ ਜੇ ਤੁਸੀਂ ਫਿਲਮ ਦੇਖੋਗੇ। ਇਹ ਸਿਮਿਲਰਿਟੀ ਤਾਂ ਮੇਰੀ ਲਾਈਫ 'ਚ ਹੈਗੀ ਹੈ ਜੀ। ਅਸੀਂ ਪਹਿਲੇ ਗੱਲਬਾਤ ਕੀਤੀ ਨਹੀਂ ਫਿਲਮ ਦੇ ਰਿਗਾਰਡਿੰਗ, ਇਹ ਟਾਈਟਲ ਜਿਹੜਾ ਨੌਕਰ ਵੋਟੀ ਦਾ ਤੁਹਾਡੇ ਨਾਲ ਕਿੰਨਾ ਕੁ ਜੁੜਦਾ? ਸਭ ਨਾਲ ਜੁੜਦਾ ਜੀ, ਸੱਚਾਈ ਤਾਂ ਇਹੀ ਹੈ, ਇਹ ਤਾਂ ਮੁੱਕਰ ਨਾਲਾ ਮੁੱਕਰ ਜੇ, ਵਰਨਾ ਇਹ ਤਾਂ ਭਾਵੇਂ ਆਈ ਜੀ, ਡੀ ਆਈ ਜੀ, ਐਸ ਪੀ ਅਤੇ ਚਾਹੇ ਡਾਕਟਰ ਚਾਹੇ ਵਕੀਲ,
ਭਾਜੀ ਨੌਕਰ ਵੋਟੀ ਦਾ ਟਾਈਟਲ ਤੁਹਾਡੇ ਨਾਲ ਵੀ ਜ਼ਰੂਰ ਜੁੜਦਾ ਕਿ ਨਹੀਂ? ਹਰੇਕ ਆਦਮੀ ਨਾਲ ਜੁੜਦਾ ਜੀ, ਨਹੀਂ ਮੁੱਕਰ ਸਕਦਾ ਸੀ। ਤੁਹਾਡੇ ਕੈਮਰਾਮੈਨ ਨੂੰ ਪੁੱਛ ਲਈਏ, ਉਹ ਵੀ ਪਿੱਛੋਂ ਹਾਂ ਹੀ ਕਰਨ ਡਏ, ਕਹਿੰਦੇ ਹਾਂਜੀ ਸਾਰੇ ਹੀ ਨੇ, ਚਿੰਤਾ ਨਾ ਕਰੋ। ਨਹੀਂ ਤਾਂ ਹਾਂਜੀ, ਨਹੀਂ ਤਾਂ ਮੈਂ ਕਿਹਾ ਤੁਹਾਡੇ ਆਪਣੇ ਆਲੇ ਦੁਆਲੇ ਆਪਣੇ ਘਰ 'ਚ ਜਾ ਕੇ ਪੁੱਛ ਲਿਓ, ਘਰ ਦੇ ਵਿੱਚ ਹੀ ਤੁਹਾਨੂੰ ਕਈ ਨੌਕਰ ਲੱਭ ਪੈਣੇ ਨੇ, ਪਤਾ ਲੱਗਣਾ ਵੀ ਇੱਥੇ ਡੈਡੀ ਮੰਮੀ ਦੇ ਨੇ, ਭਰਾ ਭਾਬੀ ਦੇ ਨੌਕਰ ਬੜੇ ਬੈਠੇ ਨੇ ਘਰ 'ਚ ਵੀ। ਜੇ ਤੁਹਾਡੀ ਹੁਣ ਰੀਸੈਂਟ ਜਿਹੜੇ ਪ੍ਰੋਜੈਕਟਸ ਆਏ ਸੀਗੇ, ਸਾਰਿਆਂ ਦੇ ਕਿਰਦਾਰ ਤੁਹਾਡੇ ਅਲੱਗ ਅਲੱਗ ਸੀਗੇ, ਅਤੇ ਕਾਮੇਡੀ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਫਿਲਮਾਂ ਤੋਂ ਬਾਅਦ ਹੁਣ ਦੇਖ ਰਹੇ ਹਾਂ, ਜਦੋਂ ਤੁਸੀਂ ਇੰਨੀ ਸਾਰੀ ਕਾਮੇਡੀ ਫਿਲਮਸ ਕਰਦੇ ਹੋ, ਆਪਣੇ ਕਿਰਦਾਰ ਨੂੰ ਕਾਮੇਡੀ ਦੇ ਵਿੱਚ ਵੀ ਅਲੱਗ ਕਰਨ ਦੇ ਵਿੱਚ ਕਿੰਨਾ ਕੁ ਐਫਰਟ ਤੁਸੀਂ ਪੁੱਟ ਕਰਦੇ ਹੋ? ਕਿਉਂਕਿ ਕਾਮੇਡੀ ਨੂੰ ਤੁਸੀਂ ਜਦ ਵੀ ਫਿਲਮ ਲੈ ਕਾਮੇਡੀ ਕਦੇ ਵੀ ਸੇਕ ਆਫ ਕਾਮੇਡੀ ਨਹੀਂ ਕਰਦਾ ਕਿ ਲੋਕਾਂ ਨੂੰ ਹਸਾਉਣਾ, ਮੈਂ ਕਰੈਕਟਰ ਪਰਫਾਰਮ ਕਰਦਾ, ਕਰੈਕਟਰ ਦੇ ਵਿੱਚੋਂ ਹਿਊਮਰ ਆਉਣਾ ਚਾਹੀਦਾ, ਉਹ ਕਰੈਕਟਰ ਲੋਕਾਂ ਨੂੰ ਓਰੀਜਨਲ ਰਿਅਲਿਸਟਿਕ ਲੱਗਣਾ ਚਾਹੀਦਾ, ਮੇਰੇ ਖਿਆਲ ਨਾਲ ਉਹੀ ਸਕਰੀਨ ਦੇ ਉੱਤੇ ਲੋਕਾਂ ਨੂੰ ਚੰਗਾ ਲੱਗਦਾ ਜੀ ਮੇਰੇ ਵੱਲੋਂ। ਅਤੇ ਹੁਣ ਆਪਾਂ ਇੰਟਰਵਲ ਫਿਲਮ ਖਤਮ ਹੋਣ ਤੋਂ ਬਾਅਦ ਮਿਲਾਂਗੇ ਅਤੇ ਫਿਰ ਜਾਣਗੇ, ਤੁਸੀਂ ਆਪਣੀ ਫਿਲਮ ਨੂੰ ਕਿੰਨੇ ਅਜੇ ਫਿਲਮ ਖਤਮ ਹੋਣ ਫਿਰ ਦਿਆਂਗਾ ਜੀ, ਫਿਲਮ ਖਤਮ ਹੋਣ ਦੇ ਹੁਣ। ਹੁਣ ਸਾਡੇ ਨਾਲ ਹੈਗੇ ਨੇ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਸਮੀਪ ਕੰਗ ਜੀ। ਸਰ ਇੰਨਾ ਸਾਰਾ ਤੁਸੀਂ ਹੁਣ ਫੀਲਡ ਦੇ ਵਿੱਚ ਪੈਰ ਪਸਾਰ ਲੈਣੇ, ਤਾਂ ਬੈਸਟ ਫੀਲਡ ਕਿਹੜੀ ਲੱਗਦੀ? ਬੈਸਟ ਫੀਲਡ ਤਾਂ ਜੀ ਡਾਇਰੈਕਸ਼ਨ ਹੀ ਹੈ, ਇਸ ਤੋਂ ਉੱਤੇ ਤਾਂ ਕੋਈ ਸੈਟਿਸਫੈਕਸ਼ਨ ਹੈ ਨਹੀਂ। ਡਾਇਰੈਕਸ਼ਨ ਦੇ ਨਾਲ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਤੁਸੀਂ ਕੰਟਰੋਲ 'ਚ ਹੁੰਦੇ ਹੋ, ਬਣਾ ਕੀ ਰਹੇ ਹੋ, ਚੰਗਾ ਮਾੜਾ ਫਿਰ ਸਭ ਤੁਹਾਡਾ, ਅਤੇ ਉਹ ਅੱਛਾ ਲੱਗਦਾ ਬਹੁਤ। ਯੂਜਲੀ ਜਿਹੜੀ ਜਿੰਨੀਆਂ ਵੀ ਫਿਲਮਸ ਆਉਂਦੀਆਂ ਨੇ ਉਹ ਲਵ ਸਟੋਰੀ ਦਿਖਾਉਂਦੇ ਨੇ, ਵਿਆਹ ਤੱਕ ਗੱਲ ਪਹੁੰਚਦੀ ਹੈ, ਕਈਆਂ 'ਚ ਤਾਂ ਵਿਆਹ ਵੀ ਨਹੀਂ ਦਿਖਾਉਂਦੇ, ਬਟ ਵਿਆਹ ਤੋਂ ਬਾਅਦ ਕਰਨ ਦੇ ਵਿੱਚ ਕੀ ਹੁੰਦਾ ਇਹ ਬਿਆਨ ਕਰਦੀ ਹੈ ਨੌਕਰ ਮੋਟੀ? ਦੇਖੋ ਮੈਂ ਵੀ ਪਹਿਲਾਂ ਬਣਾਈਆਂ ਹੀ ਨੇ ਉਹ ਵਿਆਹ ਤੱਕ ਦੀਆਂ ਫਿਲਮਾਂ, ਫਿਰ ਮੈਨੂੰ ਲੱਗਿਆ ਵੀ ਉਹ ਮੈਂ ਬਣਾਉਂਦਾ ਹੀ ਆ ਰਿਹਾ, ਇੱਕ ਅੱਧੀ ਇਹੋ ਜਿਹੀ ਬਣਾ ਕੇ ਵੀ ਦੇਖਦਾ, ਅਤੇ ਮੈਂ ਨਾ ਇਹ ਬੜਾ ਫੀਲ ਇਸ ਇਸ਼ੂ ਬਾਰੇ ਬੜਾ ਫੀਲ ਕਰਦਾ ਸੀ ਵੀ ਜਿਹੜੇ ਡਿਫਰੈਂਸਿਸ ਤਾਂ ਹੁਣ ਹਰ ਘਰ 'ਚ ਹੁੰਦੇ ਹੀ ਨੇ ਹਸਬੈਂਡ ਵਾਈਫ ਦੇ ਅੰਦਰ, ਪਰ ਉੱਥੋਂ ਤੱਕ ਤਾਂ ਠੀਕ ਨੇ ਜਦ ਤੱਕ ਬੱਚੇ ਨਹੀਂ ਹੈਗੇ, ਹੈ ਨਾ, ਜੇ ਬੱਚੇ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਵੀ ਇੰਪੋਰਟੈਂਸ ਜ਼ਿੰਦਗੀ 'ਚ ਹੋ ਜਾਂਦੀ ਹੈ ਹਸਬੈਂਡ ਵਾਈਫ ਦੀ, ਉਹੀ ਮੈਂ ਉਹ ਗੱਲਾਂ ਕਈ ਵਾਰ ਮੈਨੂੰ ਕੁਛ ਚੀਜ਼ਾਂ ਅਫੈਕਟ ਕਰਦੀਆਂ ਸੀ ਉਹ ਇਹ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਸੇ ਦੇ ਨਾਲ ਨਾਲ ਇੱਕ ਅੱਧੀ ਗੱਲ ਇਹੋ ਜਿਹੀ ਵੀ ਹੈਗੀ ਹੈ, ਜਿਹੜਾ ਬੰਦਾ ਕੈਚ ਕਰੂਗਾ ਗੁੱਡ, ਜੇ ਨਹੀਂ ਕਰੂਗਾ ਵੈਰੀ ਗੁੱਡ ਕਰੂਗਾ। ਅਤੇ ਫਿਰ ਜਿਹੜਾ ਟਾਈਟਲ ਹੈਗਾ ਉਹ ਕਿੰਨਾ ਕੁ ਤੁਹਾਡੇ ਨਾਲ ਢੁੱਕਦਾ? ਢੁੱਕਦਾ ਤਾਂ ਹੈਗਾ ਹੀ ਹੈ ਜੀ, ਵੈਸੇ ਤਾਂ ਸਾਰੇ ਜਣੇ ਵੋਟੀਆਂ ਦੇ ਨੌਕਰ ਹੁੰਦੇ ਹੀ ਨੇ, ਕੁਛ ਮੰਨਦੇ ਨੇ ਕੁਛ ਨਹੀਂ, ਮੈਂ ਮੰਨਦਾ ਵੀ ਜੀ ਪੂਰੀ। ਵੈਸੇ ਤੁਸੀਂ ਪਹਿਲਾਂ ਵੀ ਦੇਖੀ ਹੋਊਗੀ, ਬਟ ਇੱਕ ਨਾ ਥੀਏਟਰ 'ਚ ਦੇਖਣ ਦਾ ਅਲੱਗ ਹੀ ਮਜ਼ਾ ਹੁੰਦਾ, ਆਡੀਅੰਸ ਵੀ ਅੱਛਾ ਆ ਰਿਹਾ ਔਰ ਹਮ ਦੇਖ ਰਹੇ ਕਿ ਕੋਈ ਕਮੀ ਪੇਸ਼ੀ ਤਾਂ ਨਹੀਂ ਰਹੀ, ਤਾਂ ਕਿ ਆਗੇ ਹਮ ਉਸ ਚੀਜ਼ ਕੋ ਔਰ ਇੰਪਰੂਵਮੈਂਟ ਕਰੇ। ਲੱਭੀ ਕੋਈ ਕਮੀ ਪੇਸ਼ੀ? ਨਹੀਂ ਫਿਲਹਾਲ ਤਾਂ ਹਮੇ ਤਾਂ ਨਹੀਂ ਲੱਗ ਰਹੀ, ਬਾਕੀ ਉਹ ਆਪ ਬਤਾਏਗੇ, ਆਡੀਅੰਸ ਬਤਾਏਗੀ ਕਿ ਕਿਆ ਕਮੀ ਪੇਸ਼ੀ ਰਹੀ ਤਾਂ ਕਿ ਹਮ ਉਸ ਚੀਜ਼ ਕੋ ਇੰਪਰੂਵ ਕਰੇ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਾਮੇਡੀਜ਼ ਦਾ ਦੌਰ ਚੱਲਦਾ ਹੀ ਰਹਿੰਦਾ, ਕਾਮੇਡੀ ਫਿਲਮ ਆਉਂਦੀ ਰਹਿੰਦੀ ਹੈ, ਬਟ ਇੱਕ ਕਾਮੇਡੀ ਫਿਲਮ ਨੂੰ ਦੂਸਰੀ ਕਾਮੇਡੀ ਫਿਲਮ ਤੋਂ ਅਲੱਗ ਬਣਾਉਣਾ, ਉਹੀ ਆਲਮੋਸਟ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਜੀ, ਜਸਵਿੰਦਰ ਪੱਲਾ ਜੀ, ਸਾਰੀ ਸਟਾਰਕਾਸਟ ਉਹੀ ਹੁੰਦੀ ਹੈ, ਉਹਨਾਂ ਨੂੰ ਕਿਰਦਾਰਾਂ ਦੇ ਵਿੱਚ ਵੇਰੀਏਸ਼ਨ ਲਿਆਉਣਾ ਇੱਕ ਡਿਫੀਕਲਟ ਟਾਸਕ ਰਹਿੰਦਾ। ਦੇਖੋ ਓਵਰਆਲ ਐਕਚੁਅਲ ਕਿਆ, ਆਪਕਾ ਕੰਟੈਂਟ ਡਿਫਰੈਂਟ ਹੋਣਾ ਚਾਹੀਏ, ਚਾਹੇ ਉਹ ਕਾਮੇਡੀ ਹੋ, ਚਾਹੇ ਉਹ ਇਮੋਸ਼ਨਲ ਹੋ, ਚਾਹੇ ਉਹ ਐਕਸ਼ਨ ਹੋ, ਕਿ ਕੰਟੈਂਟ ਕੁਝ ਡਿਫਰੈਂਟ ਹੋਣਾ ਚਾਹੀਏ, ਕੁਛ ਨਾ ਕੁਛ ਨਵਾਂਪਨ ਲਿਆਉਣਾ ਪਏਗਾ। ਉਹ ਉਹਨੂੰ ਸਭ ਦੇ ਦੇਖਦੇ ਹੋਏ ਪੂਰੀ ਟੀਮ ਨੇ ਹਾਰਡ ਵਰਕ ਕੀਤਾ ਹੈ, ਇਮੋਸ਼ਨਸ, ਫੈਮਲੀ ਡਰਾਮਾ, ਸਟੋਰੀ ਸਭ ਕੁਝ ਪਾਇਆ, ਔਰ ਖੁਸ਼ੀ ਹੈ ਕਿ ਆਡੀਅੰਸ ਨੂੰ ਪਸੰਦ ਆ ਰਹੀ ਹੈ, ਵੀ ਆਰ ਹੈਪੀ। ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਹੁਣ ਰਿਸਪੋਂਸ ਮਿਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਕੁਛ ਨਾ ਕੁਛ ਦਿਨ ਤੇ ਫਿਲਮ ਪਰਦੇ ਤੇ ਰਹਿਣੀ ਚਾਹੀਦੀ ਹੈਗੀ, ਦੋ ਤਿੰਨ ਹਫਤੇ ਫਿਲਮ ਰਹੂਗੀ ਔਰ ਵਧੀਆ ਰਿਸਪੋਂਸ ਤੁਹਾਡੇ ਸਭ ਦਾ ਪਿਆਰ ਨਾਲ ਰਹੇਗਾ ਜੀ, ਡੈਫੀਨੇਟਲੀ ਰਹੇਗੀ 100%। ਫਿਲਮ ਤੋਂ ਬਾਅਦ ਮਿਲਦੇ ਹਾਂ, ਫਿਰ ਕਰਦੇ ਹਾਂ ਗੱਲਾਂ। ਚੰਗਾ। ਖਤਮ ਹੋ ਚੁੱਕੀ ਹੈ ਤੇ ਬਿੰਨੂ ਭਾਜੀ ਕੀ ਰਿਐਕਸ਼ਨ ਹੈ ਤੁਹਾਡਾ ਫਿਲਮ ਨੂੰ ਦੇਖ ਕੇ? ਬਹੁਤ ਵਧੀਆ ਜੀ, ਬਹੁਤ ਸਾਰਿਆਂ ਦਾ ਇੰਨਾ ਵਧੀਆ ਰਿਸਪੋਂਸ ਦੇਖ ਕੇ ਬੜਾ ਮਨ ਨੂੰ ਬਹੁਤ ਵਧੀਆ ਲੱਗਿਆ, ਜਿਉਂਦੇ ਰਹੋ, ਗੋਡ ਬਲੈਸ ਯੂ। ਜਿਹਨਾਂ ਨੇ ਦੇਖ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਜਣੇ ਸੋਸ਼ਲ ਮੀਡੀਆ 'ਤੇ ਬੜੇ ਕਮੈਂਟ ਕਰ ਰਹੇ ਨੇ ਜੀ, ਜਿਉਂਦੇ ਰਹੋ। ਜਿਹਨਾਂ ਨੇ ਨਹੀਂ ਦੇਖੀ ਸਵੇਰੇ ਜਾ ਕੇ ਜਾਂ ਸ਼ਾਮ ਨੂੰ ਜਦੋਂ ਵੀ ਟਾਈਮ ਮਿਲਦਾ ਦੇਖ ਕੇ ਜ਼ਰੂਰ, ਤੁਹਾਨੂੰ ਬੇਹੱਦ ਪਸੰਦ ਆਊਗੀ ਜੀ। ਵੈਸੇ ਜਿੰਨੀਆਂ ਵੀ ਤੁਹਾਡੀਆਂ ਫਿਲਮਾਂ ਆਈਆਂ ਨਾ, ਲਵ ਸਟੋਰੀ ਹੁੰਦੀ ਹੈ, ਵਿਆਹ ਦੇ ਰਿਸ਼ਤੇ ਦਾ ਗੱਲ ਪਹੁੰਚ ਜਾਂਦੀ ਹੈ, ਪਰ ਵਿਆਹ ਤੋਂ ਬਾਅਦ ਕਰਨ ਦੇ ਵਿੱਚ ਕੀ ਹੁੰਦਾ, ਇਹ ਪਹਿਲੀ ਵਾਰੀ ਤੁਸੀਂ ਦੋਵਾਂ ਨੇ ਔਨ ਸਕਰੀਨ ਸ਼ੋਅ ਕੀਤਾ ਹੈਗਾ, ਅਤੇ ਤੁਹਾਡਾ ਹੁਣ ਕੀ ਵਿਚਾਰ ਹੈਗਾ ਨੌਕਰ ਵੋਟੀ ਦਾ ਬਾਰੇ? ਬਸ ਜੀ ਵਧੀਆ ਚੱਲ ਰਹੀ ਹੈ, ਇਹੀ ਹੁੰਦਾ ਨੋਕ ਸ਼ੋਕ ਸਾਰੇ ਘਰਾਂ ਦੀ, ਅਤੇ ਇਹੀ ਸਟੋਰੀ ਹੁੰਦੀ ਹੈ, ਬਟ ਅਲਟੀਮੇਟਲੀ ਹੈਪੀ ਐਂਡਿੰਗ ਸਭ ਤੋਂ ਵਧੀਆ ਹੁੰਦੀ ਹੈ। ਅਤੇ ਜਿਹੜੇ ਵੀ ਕੋਈ ਲੜੇ ਹੋਏ ਆ, ਮੈਂ ਉਹਨਾਂ ਨੂੰ ਕਹੂੰਗੀ ਆਪਣਾ ਸੁਲਝਾ ਲਓ, ਸਾਰਾ ਸਿਸਟਮ ਅਤੇ ਬੱਚਿਆਂ 'ਤੇ ਜ਼ਿਆਦਾ ਅਸਰ ਪੈਂਦਾ ਇਹਦਾ ਜੀ। ਫਾਈਨਲੀ ਦੇਵ ਗਰੋਡ ਜੀ ਦਾ ਕੀ ਰਿਐਕਸ਼ਨ ਹੈ ਪੂਰੀ ਫਿਲਮ ਦੇਖਣ ਤੋਂ? ਬਹੁਤ ਵਧੀਆ ਜੀ, ਇੰਟਰਟੇਨਿੰਗ ਮੂਵੀ ਹੈ ਜਿੱਦਾਂ ਦੀ ਹੋਣੀ ਚਾਹੀਦੀ ਹੈ, ਪੈਸਾ ਵਸੂਲ ਮੂਵੀ ਹੈ, ਔਰ ਪਰਫਾਰਮੈਂਸਿਸ ਬਹੁਤ ਕਮਾਲ ਦੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਅਤੇ ਇੱਕ ਛੋਟਾ ਜਿਹਾ ਮੈਸੇਜ ਵੀ ਹੈ। ਤੁਸੀਂ ਫਿਲਮ ਨੂੰ ਕਿੰਨੇ ਸਟਾਰ ਦੇ ਰਹੇ? ਮੈਂ ਤਾਂ ਮੇਰੇ ਖਿਆਲ 'ਚ 5 to 5 ਦੇ ਕੇ ਮੰਤਰ
ਸਾਡੇ ਤੁਹਾਡੇ ਚਿਹਰੇ ਦੇਖ ਕੇ ਪੈਸੇ ਵਸੂਲ ਹੋ ਗਏ, ਤੁਸੀਂ ਖੁਸ਼ ਅਸੀਂ ਖੁਸ਼, ਤੁਹਾਡੀ ਸਭ ਦੀ ਖੁਸ਼ੀ ਦੇਖ ਕੇ ਉਹ ਅਸਲੀ ਪੈਸਾ ਵਸੂਲ ਹੋ ਗਿਆ ਜੀ, ਆਡੀਅੰਸ ਖੁਸ਼ ਅਸੀਂ ਖੁਸ਼। ਕਿੱਦਾਂ ਦਾ ਰਿਸਪੋਂਸ ਮਿਲ ਰਿਹਾ ਕਿਉਂਕਿ ਅੱਜ ਪੂਰਾ ਦਿਨ ਖਤਮ ਹੋ ਗਿਆ ਫਿਲਮ ਨੂੰ ਲੱਗੇ ਅਤੇ ਬਹੁਤ ਸੋਹਣੀਆਂ ਸਕਰੀਨਸ ਤੁਹਾਨੂੰ ਮਿਲੀਆਂ ਹੈਗੀਆਂ ਔਰ ਰਿਵਿਊਜ਼ ਵੀ ਬਹੁਤ ਅੱਛੇ ਤੁਹਾਨੂੰ ਸਾਰੇ ਮੀਡੀਆ ਵੱਲੋਂ ਵੀ ਮਿਲੇ ਹੈਗੇ ਆ ਫਿਲਮ ਦਾ ਕੰਟੈਂਟ ਦੇ ਕੇ, ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਫਿਲਮ ਜਿਹੜਾ ਇੰਨਾ ਵਧੀਆ ਕੰਮ ਕਰ ਰਹੀ ਹੈਗੀ ਹੈ, ਕਾਮੇਡੀ ਇਮੋਸ਼ਨਸ ਭਰੀ ਫਿਲਮ ਤੁਸੀਂ ਲੈ ਕੇ ਆਏ? ਫਰੈਂਕਲੀ ਬੋਲਾਂ ਤਾਂ ਜਿੰਨਾ ਸੋਚਿਆ ਸੀ, ਜਿੰਨੀ ਉਮੀਦ ਕੀਤੀ ਸੀ, ਉਸ ਤੋਂ ਬਹੁਤਾ ਹੀ ਮਿਲ ਰਿਹਾ। ਆਡੀਅੰਸ ਨੇ ਬਹੁਤ ਸਪੋਰਟ ਕੀਤੀ ਔਰ ਸਭ ਤੋਂ ਜ਼ਿਆਦਾ ਸਪੋਰਟ ਤੁਹਾਡੇ ਲੋਕਾਂ ਦੀ, ਆਡੀਅੰਸ ਆਈ ਮੂਵੀ ਦੇਖਣ, ਆਡੀਅੰਸ ਨੂੰ ਮੂਵੀ ਪਸੰਦ ਆਈ ਐਂਡ ਆਈ ਥਿੰਕ ਸੋ ਕਿ ਕੱਲ੍ਹ ਪਰਸੋਂ ਹੋਰ ਹੱਲੇ ਹੋਣਗੇ। ਜੀ ਬਹੁਤ ਮਜ਼ਾ ਆ ਰਿਹਾ, ਆਪ ਲੋਕੋ ਕੋ ਇਤਨਾ ਸਪੋਰਟ ਮਿਲ ਰਿਹਾ, ਇਤਨਾ ਪਿਆਰ ਮਿਲ ਰਿਹਾ, ਆਡੀਅੰਸ ਕਾ ਇਤਨਾ ਪਿਆਰ ਮਿਲ ਰਿਹਾ, ਬਸ ਇਹੀ ਚਾਹੇਂਗੇ ਕਿ ਹਮ ਕੰਟੀਨਿਊ ਬੈਕ ਟੂ ਬੈਕ ਐਸਾ ਹੀ ਕੁਛ ਬਣਾਤੇ ਰਹੇ ਔਰ ਆਡੀਅੰਸ ਔਰ ਆਪ ਲੋਕ ਹਮਾਰ ਕੋ ਐਸੇ ਸਪੋਰਟ ਕਰਦੇ ਰਹੇ। ਥੈਂਕ ਯੂ, ਆਲਵੇਜ਼ ਸਪੋਰਟ ਰੰਗਰੇਜ਼ਾ ਫਿਲਮ ਕਿ ਤੁਸੀਂ ਇੱਦਾਂ ਦਾ ਵਧੀਆ ਜਿਹਾ ਕੰਟੈਂਟ ਹਮੇਸ਼ਾ ਲੈ ਕੇ ਆਓ। ਡੈਫੀਨੇਟਲੀ 100% ਇਹਦੇ ਪੈਸੇ ਵਸੂਲ ਹੋ ਜਾਣ, ਇਹਦੇ ਪੈਸੇ ਵਸੂਲ ਹੋ ਜਾਣਗੇ ਤੇ ਫਿਰ ਹੋਰ ਫਿਲਮਾਂ ਵੀ ਤੁਹਾਡੇ ਰੂਬਰੂ ਆ ਜਾਣਗੀਆਂ? ਨਹੀਂ, ਅਸੀਂ ਐਸੇ ਹੀ ਗੱਲ ਨਹੀਂ ਕਿ ਇਹਦੇ ਪੈਸੇ ਵਸੂਲ ਹੋ ਜਾਣਗੇ ਤੇ ਹੋਰ ਫਿਲਮਾਂ ਆਣਗੀਆਂ, ਅਸੀਂ ਇਸ ਦੀ ਰਿਲੀਜ਼ ਤੋਂ ਪਹਿਲੇ ਹੀ ਅਗਲੀ ਫਿਲਮਾਂ ਦੀ ਪਲੈਨਿੰਗ ਕਰ ਚੁੱਕੇ ਹਾਂ, ਬਸ ਉਹ ਅਨਾਊਂਸਮੈਂਟ ਹੋਣੀ ਬਾਕੀ ਹੈ। ਆਲ ਦਾ ਬੈਸਟ ਫੋਰ ਯੂਰ ਫਿਊਚਰ ਤੇ ਨੌਕਰ ਵੋਟੀ ਦਾ ਤੇ ਜਿਹੜਾ ਹੋਰ ਵੀ ਰਿਵਿਊ ਤੁਹਾਨੂੰ ਮਿਲਦੇ ਰਹਿਣ ਅਸੀਂ ਉਮੀਦ ਕਰਦੇ ਹਾਂ, ਜ਼ਿਆਦਾ ਬਿਜ਼ਨਸ। ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਤੇ ਹੁਣ ਸਾਡੇ ਨਾਲ ਹੈਗੇ ਨੇ ਕੁਲਰਾਜ ਰੰਧਾਵਾ ਦਾ ਬਿਊਟੀਫੁਲ ਐਕਟਰੈਸ ਦੇ ਮਦਰ ਫਾਦਰ। ਸਰ ਕਿੱਦਾਂ ਦੀ ਫੀਲਿੰਗ ਆਉਂਦੀ ਹੈਗੀ ਹੈ, ਫਿਲਮ ਆਊਟ ਹੋ ਚੁੱਕੀ ਹੈ? ਦੇਖੋ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਚੈਨਲ ਥਰੂ ਔਨਲਾਈਨ ਜੋ ਵੀ ਹੈ, ਕਿ ਅੱਜ ਸਾਡਾ ਮਤਲਬ ਦਿਲ ਤਾਂ ਖੁਸ਼ ਹੁੰਦਾ ਜਦੋਂ ਬੇਟੀ ਕਿਸੇ ਦੀ ਮਤਲਬ ਥੋੜ੍ਹਾ ਜਿਹਾ ਇੱਕ ਮਾਣ ਪ੍ਰਾਪਤ ਕਰਦੀ ਹਰ ਵਾਲੀ ਸਾਈਡ 'ਤੇ, ਔਰ ਪੇਰੈਂਟਸ ਨੂੰ ਤਾਂ ਇੰਨੀ ਬੜੀ ਖੁਸ਼ੀ ਹੁੰਦੀ ਆ ਕਿ ਸਾਡੀ ਬੇਟੀ ਦਾ ਨਾਮ ਆ। ਮੈਂ ਕਨਰ SS ਰੰਧਾਵਾ ਹੂੰ, ਮੈਂ ਆਰਮੀ 'ਚ ਸਾਂ ਬੈਂਗਲੌਰ ਦੇ ਵਿੱਚ, ਜਦੋਂ ਇਹਨੇ ਥੋੜ੍ਹਾ ਜਿਹਾ ਮਾਡਲਿੰਗ ਦਾ ਕੰਮ ਸ਼ੁਰੂ ਕੀਤਾ, ਮੇਰੇ ਥੋੜ੍ਹੀ ਜਿਹੀ ਨੌਲੇਜ ਨਹੀਂ ਸੀ ਜ਼ਿਆਦਾ, ਪਰ ਇਹਨੇ ਬਹੁਤ ਚੰਗਾ ਕੰਮ ਕੀਤਾ, ਉੱਥੋਂ ਸ਼ੁਰੂ ਹੋ ਗਿਆ। ਫਿਰ ਉੱਥੋਂ ਇੱਕ ਉਹਨਾਂ ਫੰਕਸ਼ਨ ਹੋਇਆ ਮੈਡੀਕਲ ਕਾਲਜਸ ਦਾ ਸਾਰਿਆਂ ਦਾ, ਉੱਥੇ ਮਿਸ ਬੰਗਲੌਰ ਡਿਕਲੇਅਰ ਕੀਤੀ ਗਈ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਕਿ ਜੀ ਹੋਰ ਟ੍ਰੇਨਿੰਗ ਕਰੋ। ਫਿਰ ਅਸੀਂ ਬੰਬੇ 3 ਸਾਲ ਦੀ ਟ੍ਰੇਨਿੰਗ ਕਰਾਈ, ਔਰ ਉਸ ਤੋਂ ਬਾਅਦ ਫਿਰ ਮਤਲਬ ਉਸ ਦਿਨ ਤੋਂ ਹੀ ਇੰਨੀਆਂ ਫਿਲਮਾਂ ਇਹਨਾਂ ਕੀਤੀਆਂ। ਇਹਨਾਂ ਦਾ ਇੱਕ ਪਹਿਲਾਂ TV ਸੀਰੀਅਲ ਸੀ ਕਰੀਨਾ ਕਰੀਨਾ, ਉਹ ਵਰਲਡ ਓਵਰ ਇਤਨਾ ਮਸ਼ਹੂਰ ਹੋਇਆ ਕਿ ਮਤਲਬ ਬਹੁਤ 2-2.5 ਸਾਲ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਫਿਲਮਾਂ ਸ਼ੁਰੂ ਕੀਤੀਆਂ, ਪੰਜਾਬੀ ਦੇ ਵਿੱਚ ਫਿਲਮ ਸ਼ੁਰੂ ਕੀਤੀ, ਮੰਨਤ ਕੀਤੀ, ਉਸ ਤੋਂ ਬਾਅਦ ਫਿਰ ਜਿਹੜਾ ਮੇਰਾ ਕੀ ਰਿਸ਼ਤਾ, ਫਿਰ ਧਰਮਿੰਦਰ ਸਾਹਿਬ ਨਾਲ, ਉਹਨਾਂ ਨੇ ਸੰਨੀ ਦਿਓਲ ਬੌਬੀ ਦਿਓਲ ਨਾਲ ਇਹਨਾਂ ਨੇ ਜਮਨਾ ਪਗਲਾ ਦਵਾਨਾ No. 1 ਕੀਤੀ, ਅਤੇ ਉਸ ਤੋਂ ਬਾਅਦ ਫਿਰ ਇਤਨਾ ਫਿਲਮਾਂ ਚੱਲਦੀਆਂ ਰਹੀਆਂ, ਔਰ ਹੁਣ ਜਿਹੜੀ ਇਹ ਫਿਲਮ ਇਹਦੇ 'ਚ ਬਹੁਤ ਸੋਹਣਾ ਇਹਨਾਂ ਨੇ ਕੰਮ ਕੀਤਾ, ਇਹਦੇ ਨਾਲ ਬਿਨੂ ਢਿੱਲੋਂ ਆ, ਗੁਰਪ੍ਰੀਤ ਗੁੱਗੀ ਜੀ ਔਰ ਬਾਕੀ ਸਾਰੇ ਐਕਟਰ ਆ ਜਾਂ ਡਾਇਰੈਕਟਰ ਪ੍ਰੋਡਿਊਸਰ ਆ, ਉਹਨਾਂ ਨੇ ਬਹੁਤ ਜ਼ਿਆਦਾ ਇੱਕ ਅੱਛੀ ਟੀਮ ਆ ਔਰ ਇਹਨਾਂ ਨੇ ਬਹੁਤ ਵਧੀਆ ਪ੍ਰੋਡਕਟ ਬਣਾਇਆ, ਔਰ ਇਹਦੇ ਵਿੱਚ ਸਭ ਤੋਂ ਵੱਡੀ ਆ ਕਿ ਫੈਮਿਲੀ ਦਾ ਜੋ ਡਰਾਮਾ ਹੈ ਉਹਨੂੰ ਕੌਮੇਡੀ ਦੇ ਨਾਲ ਪੇਸ਼ ਕੀਤਾ ਗਿਆ, ਔਰ ਉਹਦੇ ਵਿੱਚ ਕੀ ਬੱਚੇ 'ਤੇ ਅਸਰ ਪੈਂਦਾ, ਕੀ ਹੁੰਦਾ ਜਦੋਂ ਆਪਾਂ ਘਰ ਦੇ ਵਿੱਚ ਲੜਾਈ ਕਰਦਾ ਹਸਬੈਂਡ ਵਾਈਫ, ਉਹ ਸਾਰਾ ਦਿਖਾਇਆ। ਥੋੜ੍ਹਾ ਜਿਹਾ ਇਹਦੇ 'ਚ ਜ਼ਿਆਦਾ ਤਾਂ ਕੌਮੇਡੀ ਆ, ਬਸ ਥੋੜ੍ਹਾ ਜਿਹਾ ਇਹ ਵੀ ਹੈ ਆ ਕਿ ਵੀ ਫੈਮਿਲੀ ਦੀ ਜਿਹੜੀ ਸਟੋਰੀ ਆ ਉਹ ਕਿਸ ਤਰ੍ਹਾਂ ਚੱਲਦੀ ਆ, ਥੋੜ੍ਹਾ ਜਿਹਾ ਬੰਦੇ ਨੂੰ ਅੱਖਾਂ ਦੇ ਵਿੱਚ ਨਵੀਂ ਵੀ ਆ ਜਾਂਦੀ ਇਹਨਾਂ ਗੱਲਾਂ ਦਾ, ਅਤੇ ਇਹ ਸਾਰਾ ਤੁਸੀਂ ਦੇਖੋਗੇ। ਸਾਡੀ ਤਾਂ ਇਹੋ ਬੇਨਤੀ ਆ ਕਿ ਜੇ ਤੁਸੀਂ ਸਾਰੇ ਐਕਟਰਾਂ ਨੂੰ ਪੰਜਾਬ ਦੇ ਵਿੱਚ ਜਾਂ ਬਾਹਰ ਆ ਜਿਹੜੇ ਪੰਜਾਬੀ ਮੇਰੇ ਵੀਰ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਆ, ਪੰਜਾਬੀ ਇੰਡਸਟਰੀ ਨੂੰ ਉੱਪਰ ਫਿਲਮ ਇੰਡਸਟਰੀ ਚੁੱਕਣਾ, ਅਤੇ ਇਹਨਾਂ ਦੀ ਸਪੋਰਟ ਕਰੋ, ਆਣ ਕੇ ਥੀਏਟਰਾਂ 'ਚ ਫਿਲਮ ਦੇਖੋ, ਔਰ ਜਿੰਨੇ ਵੀ ਐਕਟਰ ਆ ਉਹਨਾਂ ਨੂੰ ਐਪਰੀਸ਼ੀਏਟ ਕਰੋ। ਸਾਡੇ 'ਚ ਇਹ ਆ ਵੀ ਸਾੜਾ ਨਹੀਂ ਹੋਣਾ ਚਾਹੀਦਾ, ਜਿਹੜਾ ਅੱਗੇ ਵੱਧਦਾ ਉਹਨੂੰ ਜ਼ਰੂਰ ਵਧਾਓ, ਔਰ ਆਪਣੀਆਂ ਬੇਟੀਆਂ ਨੂੰ ਤੁਹਾਡੇ ਥਰੂ ਮੈਂ ਇੱਕ ਮੈਸੇਜ ਦਿੰਦਾ ਕਿ ਆਪਣੀਆਂ ਬੇਟੀਆਂ ਨੂੰ ਅੱਗੇ ਵਧਣ ਦਿਓ, ਹਰ ਕੰਮ ਹੋ ਸਕਦਾ ਹੈ। ਅਗਰ ਤੁਸੀਂ ਇਹਨਾਂ ਨੂੰ ਸਪੋਰਟ ਨਹੀਂ ਕਰੋਗੇ, ਮੋਰਲ ਸਪੋਰਟ ਨਹੀਂ ਦਿਓਗੇ, ਡਿਸਕਰਜ ਕਰੋਗੇ, ਤਾਂ ਉਹ ਸਾਡਾ ਜਿਹੜੀ ਆ ਮੇਨ ਜਿਹੜਾ ਅੱਜ ਕੱਲ੍ਹ ਜਿਹੜਾ ਚੱਲਿਆ ਗਿਆ ਵੂਮਨ ਐਮਪਾਵਰਮੈਂਟ, ਉਹ ਅੱਗੇ ਨਹੀਂ ਹੋ ਸਕਦੀ, ਅਤੇ ਸਾਨੂੰ ਤਾਂ ਇਹੋ ਖੁਸ਼ੀ ਆ। ਬਸ ਇਹੋ ਤੁਹਾਡੇ ਥਰੂ ਬੇਨਤੀ ਆ ਕਿ ਬਈ ਜਿੱਥੇ ਵੀ ਕੋਈ ਬੰਦਾ ਹੋਵੇ ਉਹਦੇ ਲਾਗੇ ਸਾਰੇ ਥੀਏਟਰਾਂ 'ਚ ਲੱਗੀ ਹੈ, ਕੋਈ 1100 ਸ਼ੋਅ ਚੱਲ ਰਹੇ ਅੱਜ ਦੇ ਦਿਨ ਦੇ ਵਿੱਚ, ਇਹ ਬੜੀ ਮਾਣ ਦੀ ਗੱਲ ਹੈ। ਇਹਨਾਂ ਦੇ ਪ੍ਰੋਡਿਊਸਰ ਸਾਹਿਬ ਨੂੰ ਮੈਂ ਬਹੁਤ ਸ਼ੁਕਰ ਅਦਾ ਕਰਦਾ, ਉਹਦਾ ਡਾਇਰੈਕਟਰ ਸਾਹਿਬ ਨੂੰ, ਇਹਨਾਂ ਦੀ ਟੀਮ ਨੂੰ, ਕਿ ਇੰਨੀ ਦੁਨੀਆ 'ਚ ਉਤਸ਼ਾਹ ਆ, ਕਦੀ ਰਾਜਸਥਾਨ 'ਚ ਪਿਕਚਰ ਨਹੀਂ ਲੱਗੀ ਪੰਜਾਬੀ, ਜੰਮੂ ਕਸ਼ਮੀਰ 'ਚ ਬਹੁਤ ਘੱਟ ਲੱਗਦੀ, ਈਵਨ ਉੱਥੇ ਡਿਸਟਰਬੈਂਸ ਹੈ ਉੱਥੇ ਵੀ ਲੱਗੀ ਹੈ, ਔਰ ਦਿੱਲੀ ਮੁੰਬਈ ਅਤੇ ਸਾਰੀ ਜਗ੍ਹਾ ਦੇ ਵਿੱਚ, ਔਰ ਇਹ ਬਹੁਤ ਵੱਡਾ ਇੱਕ ਹਿੱਸਾ ਜੀ ਤਾਂ ਤੁਹਾਡੇ ਉੱਤੇ ਹੀ, ਤੁਹਾਡੀ ਐਪਰੀਸ਼ੀਏਸ਼ਨ 'ਤੇ, ਮੀਡੀਆ ਦੇ ਬੜੇ ਖਾਸ ਕਰਕੇ ਅਸੀਂ ਸ਼ੁਕਰ ਗੁਜ਼ਾਰ ਹਾਂ ਕਿ ਹਮੇਸ਼ਾ ਇਹਨਾਂ ਨੇ ਬਹੁਤ ਕੋਆਪਰੇਸ਼ਨ ਦੀ, ਖਾਸ ਕਰਕੇ ਕੁਲਰਾਜ ਨੂੰ, ਉਹਦੀ ਪੰਜਾਬੀਅਤ ਨੂੰ, ਔਰ ਉਹਨਾਂ ਨੇ ਹਰ ਸੀਨ ਜਿਹੜਾ, ਜਿਸ ਤਰ੍ਹਾਂ ਨਿਧੀ ਸਿੰਘ ਥੋੜ੍ਹੀ ਸੀਰੀਅਸ ਫਿਲਮ ਸੀ, ਬਹੁਤ ਉਹਨਾਂ ਨੇ ਲਾਈਕ ਕੀਤਾ, ਔਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਅੱਜ ਵੀ ਅਸੀਂ ਉਹ ਬੇਨਤੀ ਕਰਦੇ ਸਾਰੇ ਭਰਾਵਾਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਇਹ ਇੱਕ ਫੈਮਿਲੀ ਵਾਲੀ ਫਿਲਮ ਆ, ਜਾ ਕੇ ਨਾਲ
कोई ये कोई गंदा शब्द नहीं, गंदा गाना नहीं गा और तुम फील करोगे कि तुम अपने घर बैठे। मैम थोड़ी गल करिए तो अक्सर जड़िया भी कुलराज ने पहला फिल्म की उत्तर कभी विह तो बाद की स्टोरी नहीं दिखाई थे जो मैरिड कुड़ी का किरदार नहीं मारे तो थोड़ा चाह नहीं आता कि हम कुलराज में विह कर लेना चाहता है। ओबियसली हम नहीं कराएगी कराएगी प्रोफेशन आ दो तरह चलूगी ना मतलब है भी और सानू तो यह आ भी प्रोफेशन के अगे वधन वास्ते टाइम चाहिए वक्त चाहिए और जनरली हों कि जो आर्टिस्ट है उन्होंने आर्टिस्ट के अपना जो हाई अपन मिलता रहे किसी मतलब पड़ा से पहुँचना चाहता उस तो बाद फिर सैटल तो कदे भी हो सकते हैं तो वह करके अही वी आर वेरी मच इन दिस एरिया आलसो हूँ देखते हैं ना अगे कि जो वोटी नौकर का नौकर वोटी का बनेगा उ आएगा। मतलब इतों जाहिर हो गया कि जल्दी विआह दे पटाके पैन वाले ने तैयारी रब ने चाहिए सब कुछ होएगा। उम्मीद करते हैं कि जल्दी उन्होंने भी कोई मिल जाए जिन्होंने वो कह सकन नौकर वोटी का। चलो जी देसी चैनल का ही बहुत बहुत शुक्रिया करते हैं और बहुत बहुत शुक्रिया सारे थ्रू इन्होंने मैं तुम्हें मैसेज देना चाहना बेटिया के नाल उन्होंने पुत्रों लगाई उन्होंने वर्ताव करो उन्होंने सपोर्ट दो उन्होंने अगे वधन दो और किसी भी लैवल से जो आ पुत्र हो बेटी हो बेटा हो तो वो ताड़ा माण जिहड़ा सिर उच्चा हो जाता माण ना जो वो इस वजह बने जाता फिल्म इंडस्ट्री माड़ी नहीं है जेडे जेडे मेरे वीर जेडे मेरे भरा जेडे मेरे भाई जेडे साढ़े बजुर्ग सोचते हैं कि नहीं 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 ये लाइन ठीक नहीं है वो बिल्कुल गलत सोच रहे हैं। हमेशा आर्टिस्ट जो हों आर्टिस्ट रहा और कदर करना सब का फर्ज। थैंक यू सो मच। नौकर वोटी का फिल्म की शुरुआत एक गाने नाल हुंदी है ते बहुत बाकमाल गाना लिखे है हैप्पी राय कोटी जी ने तो जिन्होंने गाया ना वो है साढ़े नाल फिर अपना गाना वो भी फिल्म दे विच आना बहुत वड्डी गल हुंदी जो फिल्म दे विच किसी सिंगर का गाना आता और वो भी गाने ते फिल्म की शुरुआत होना बहुत खुशी हुंदी है जी। सब तो पहले गल गुरमीत सिंह जी ने म्यूजिक किया बाकमाल समीर कंग जी ने मूवी बनाई है उन्होंने जिन्नी मूवी आई हैं सारी सुपर हिट गई तो असं उम्मीद करते हैं भी सुपर हिट जाए सारे वेखन जाए फैमिली मूवी है तो जिते गाने की गल हैगी हैप्पी राय कोटी जी बहुत सोहना गाना लिखिया तो इन्ना सोहना म्यूजिक से अपना सोहना गायक साढ़े गाया गया फिर तो सारा सारा ऑडियो बहुत वधिया सारे गाने बहुत वधिया तो तुसीं प्लीज़ सारे देखण जरूर जायो तो सारे फैमिली मूवी है इमोशनस भी है हसी भी है सब मिक्सचर है सारा गाने का। हाँ जी खुशी जरूर होंगी है जो तो सिंगर जो होंगे क्योंकि पंजाबी इंडस्ट्री की गल करिए पंजाब दे विच बहुत टैलेंट है सिंगर्स का तो बहुत रेयर सिंगर्स होंगे ने जिन्होंने मौका मिलता फिल्म दे विच प्लेबैक। बिल्कुल 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 वो जी मेरे वास्ते एक अपॉर्चुनिटी कह सकते आप और पहला गाँव गुरमीत सिंह जी के म्यूजिक तो मैं गाँव मेरे मेरा एक कह सकते हैं कुछ ब्लैसिंग सर हैप्पी राय कोटी जी ने लिखे वे वे नाम है संदीप कंग जी सी वी टीम ना जुड़ना बहुत वीड्डी गल हूँ तो मैं बहुत ब्लैस फील करता अपने आप को तो मैं वड्डी टीम ना मैं जुड़िया। हाँ जी उम्मीद करते हैं जिवें फिल्म की शुरुआत ही तुहाडे गाने नाल हुई है तो आने वाली सारी फिल्म जिहड़ियां हैगियां तुहाडी सुरीली जवाब सानू सुनन बिल्कुल बिल्कुल थैंक यू जी। हाँ जी हाँ हाँ जी फिर तुसीं सारे ने मेरे स्क्रीनिंग तो पूरी इंजॉय की होनी है तो वैल देव करौड़ नूं बिन्नू ढिल्लों स्टारर फिल्म बहुत वधिया लगी हैगी है तो बिन्नू ढिल्लों तो कुलराज रंधावा नूं तो सारे ने पसंद किया ही है बट उपासना सिंह जसविंदर पल्ला जी तो गुरप्रीत घुग्गी के किरदार भी बाकमाल ने जिहड़े तुहानूं मौके मौके ते ना हसाउंदे रहणगे ते जिहड़ी छोटी बच्ची ने एक्ट की है जिहड़ी बिन्नू ढिल्लों तो कुलराज रंधावा की कुड़ी का किरदार जिन्होंने निभाया वो एक्टिंग बहुत नैचुरल सी तो बहुत बाकमाल एक्टिंग उस छोटी जी बच्ची ने की हैगी है तो वैल फिल्म जी है तो बहुत कुछ दे के जाऊगी वैल कॉमेडी तो इमोशनल तो है ही है बट घर जी लड़ाइया का असर बच्चों पर पैंता है तो कि रिश्तों में दूरियाँ आ जाए ने तो फिर दूरियाँ जड़ी है नज़दीक बन जाएँ ने किसी के एफर्ट्स नाल यही सारा कुछ ना बयान कर दी है फिल्म नौकर वोटी का तो मैनू तो फिल्म बड़ी अच्छी लग रही है जो तुम्हें नहीं अजे तक देखी ना तो जाकर देख सकते हो अज लिए इन्ना ही जल्दी हाजिर होवे नवे अपडेट्स गायन वाजरूम दो विदा तुम बनो देसी चैनल।